ਨਾ ਲੈ ਕੇ ਦੱਸ ਦੀ ਕਰੋ, ਉਹ ਜੇ ਹੋਈ ਆ ਤਾਂ ਕੋਈ ਦੱਸ ਦੀ, ਜੇ ਤਿਆਰ ਨਾ ਲੈ ਕੇ ਹੋਈ ਆ ਭੋਗ ਕਿਤੇ ਲੱਗਾ ਜਾ ਕੇ ਤਾਂ ਦੱਸ ਦਿਓ। ਕਿਉਂਕਿ ਜੇ ਅਸੀਂ ਉੱਥੇ, ਸਾਨੂੰ ਉਹਨਾਂ ਨੇ ਕਹਿਤਾ ਨਾ ਤੁਸੀਂ ਕਰਵਾਓ, ਕਿ ਅਸੀਂ ਇਹ ਨਹੀਂ ਕਿ ਉਹਨਾਂ ਨੇ ਸਾਨੂੰ ਕਹਿਤਾ ਤੂੰ ਉੱਥੇ ਬੈਠੇ ਆ ਤੇ ਅਸੀਂ ਇੱਥੇ ਭੋਗ ਕਰੀ ਕਿਤੇ ਲਾਉਂਦੇ ਫਰੀ ਤੇ ਕਦੀ ਕਿਤੇ ਲਾਉਂਦੇ ਫਰੀ। ਸਾਲ ਦੀ ਗੱਲ ਪਿਛਲੇ ਸਾਲ ਤੇ ਵੈਸੇ ਚਲੋ ਆਪਾਂ ਜ਼ਿਆਦਾ ਜਿਹੜਾ ਚੱਕਰ ਕਰਕੇ ਨਹੀਂ ਕਰਵਾਇਆ, ਵੀ ਤਾਂ ਕਰਕੇ ਨਹੀਂ ਕਰਵਾਇਆ, ਪਿਛਲੇ ਸਾਲ ਨਹੀਂ ਕਰਵਾਇਆ ਤਾਂ ਕਰਕੇ, ਬਾਕੀ ਉਹਨਾਂ ਦੀ ਇਜਾਜ਼ਤ ਤੋਂ ਬਗੈਰ, ਮਤਲਬ ਕਿ ਉੱਥੋਂ ਦੀ ਇਜਾਜ਼ਤ ਤੋਂ ਬਗੈਰ ਤੁਹਾਡੀ ਤੋਂ ਫੜਫੜ ਦਾ ਨਹੀਂ ਕਰਵਾਇਆ ਇੱਥੇ। ਅਸੀਂ ਜਿਹੜੀ ਕਾਲਸਾ ਸਾਹਿਬ ਉਹਨਾਂ ਦੇ ਕਹਿਣ 'ਤੇ ਨਹੀਂ ਰਹਿ ਪਏ, ਉਹਨਾਂ ਨੇ ਸਾਨੂੰ ਕਹਿਤਾ ਕਰਵਾਓ ਜਵਾਨੀ ਕਹਿੰਦੇ ਸੀ, ਅਸੀਂ ਉਹਨਾਂ ਕਿਹਾ ਵੀ ਅਸੀਂ ਜਵਾਨੀ ਇੱਦਾਂ ਨਹੀਂ ਕਰਵਾਉਣਾ, ਜਾਂ ਤੁਸੀਂ ਟਕਸਾਲ ਵਾਲਿਆਂ ਨੂੰ ਕਹੋ ਨਹੀਂ ਤਾਂ ਅਸੀਂ ਨਹੀਂ ਕਰਵਾਉਣਾ, ਫਿਰ ਅਸੀਂ ਸਿੱਧੇ ਉੱਥੇ ਚੱਲ ਗਏ ਹਾਂ। ਬਾਕੀ ਅਸੀਂ ਤੁਹਾਨੂੰ ਤੁਹਾਨੂੰ ਕਹਿੰਦੇ ਆਪਣੇ ਸਿੰਘ ਦਿਓ ਇੱਥੇ, ਆਪਾਂ ਤੇ ਸਮਝੋ ਕਿ ਸਾਰਾ ਪਿੰਡ ਹੀ ਇੱਥੇ ਆਉਂਦਾ, ਜੇ ਕੋਈ ਦਾ ਮਿੰਟ ਅੱਗੋਂ ਆ ਗਿਆ ਜੋ ਪਿਛੋਂ ਆ ਜਾਂਦਾ ਕੋਈ, ਬਾਕੀ ਚਲੋ ਇਹ ਆਪਾਂ ਨੂੰ ਤਾਂ ਪਤਾ ਨੀ ਕੀ ਕੋਈ ਸਾਧੂ ਸੰਤ ਕੀ ਆ ਕੀ ਨਹੀਂ, ਆਪਾਂ ਕਹਿ ਦਈਏ ਕਿ ਆਵਾਜ਼ ਆਏ ਆਏ ਚਲੇ ਗਏ ਨੇ ਠੀਕ ਆ ਭਾਈ, ਇਹ ਕਿ ਲਿਖਤ ਨਹੀਂ ਹੈਗੀ ਕੋਈ ਵੀ, ਬਾਕੀ ਇਹ ਤੁਹਾਨੂੰ ਕਹਿ ਦਈਏ ਕਿ ਫਲਾਣਾ ਗੁਰੂ ਆਇਆ ਇਹਦੇ ਬਾਰੇ ਉੱਤੇ ਵੀ ਜਿਸ ਤਰ੍ਹਾਂ ਉਹ ਪਹਿਲਾਂ ਦਾ ਚੱਲਦਾ ਵਾ ਉਸ ਤਰ੍ਹਾਂ ਕੋਈ ਲਿਖਦਾ ਜੋ ਰਿਵਾਜ ਜਦੋਂ ਚੌਧਰਾ ਪਿੰਡ ਦੀ ਆ ਗਈ ਇਹ ਸਿਰਫ ਤੁਸੀਂ ਜਾਣ ਕਰਦੇ ਜਦੋਂ ਪਿੰਡ ਆਉਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਹਿਲਾਂ ਤੁਸੀਂ ਵੇਖ ਲਿਆ ਜਿੱਥੇ ਅਖੰਡ ਪਾਠ ਸਾਹਿਬ ਕਰਾਉਣ ਨੂੰ ਫਿਰਦੇ ਆ, ਨੇਸ਼ਟਾ ਮਾਵੇ ਨੇਸ਼ਟਾ ਪੱਕਾ ਪਿੰਡ ਆ ਧੂਣਾ ਵਾ, ਇਹ ਤਾਂ ਥੋੜ੍ਹੀ ਦੂਰ ਆ ਮੰਦਰ ਹੈ ਅਤੇ ਇਹਨਾਂ ਨੇ ਸਿਰਫ ਭੁਲੇਖਾ ਪਾਉਣ ਵਾਸਤੇ ਕਮਰਾ ਵੱਖਰਾ ਪਾ ਲਿਆ, ਬਾਕੀ ਚੱਕਰ ਮੰਦਰ ਦਾ ਹੀ ਆ। ਆਹ ਮੰਦਰ ਹੈ ਜੀ, ਧੰਨ ਧੰਨ ਬਾਬਾ ਤਪਿਆਣਾ ਸਾਹਿਬ ਉੱਤੇ ਲਿਖਿਆ। ਆਹ ਅੰਦਰ ਹੈ ਜੀ, ਆ ਗੱਦੀ ਲੱਗੀ ਆ, ਗੁਰੂ ਸਾਹਿਬ ਦੀਆਂ ਫੋਟੋਆਂ ਮੰਦਰ 'ਚ ਪਈਆਂ। ਆਹ ਸ਼ਿਵਲਿੰਗ